ਕੈਂਪਸ ਪ੍ਰੋਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੈਂਡਰੀ ਸਕੂਲ, ਜੋ ਕਿ ਫਤਿਹਗੜ੍ਹ ਪਾਈਂਤੂਰ, ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ। ਵਿੱਦਿਆ ਦਾ ਅਦਾਰਾ ਇਹ ਸਕੂਲ, ਜੋ ਕਿ ਬੱਚਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ, ਸਕੂਲ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਇੱਥੋਂ ਪੜ੍ਹ ਕੇ ਸਟੂਡੈਂਟਸ ਦੇਸ਼ 'ਚ ਨਹੀਂ ਬਲਕਿ ਵਿਦੇਸ਼ ਵਿੱਚ ਵੀ ਮੱਲਾਂ ਮਾਰ ਰਹੇ ਨੇ। ਇੱਥੋਂ ਦੀ ਮੈਨੇਜਮੈਂਟ ਬਹੁਤ ਹੀ ਮਿਹਨਤੀ ਹੈ ਅਤੇ ਉਹਨਾਂ ਦੀ ਮਿਹਨਤ ਸਦਕਾ ਇਹ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਲ ਵੱਧ ਰਿਹਾ ਹੈ। ਇੱਥੋਂ ਦੇ ਪ੍ਰਿੰਸੀਪਲ ਸਰ ਬਹੁਤ ਹੀ ਅਣਥਕ ਮਿਹਨਤੀ ਇਨਸਾਨ ਹੈ ਅਤੇ ਹਮੇਸ਼ਾ ਹੀ ਸਟਾਫ ਅਤੇ ਸਟੂਡੈਂਟਸ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ ਨੇ। ਬੀਤੇ ਦਿਨੀ ਸਕੂਲ ਵਿਖੇ ਸਪਾਰਕਲ ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ 23-24 ਬੜੀ ਹੀ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਵੱਧ ਚੜ੍ਹ ਕੇ ਸੈਲੀਬ੍ਰੇਟ ਕੀਤਾ ਗਿਆ, ਜਿਸ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ ਅਤੇ ਇਸ ਮੌਕੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੈਂਡਰੀ ਸਕੂਲ, ਫਤਿਹਗੜ੍ਹ ਪਾਈਂਤੂਰ, ਮੋਗਾ। Thank you.
Thank you.
ਆਪਣੇ ਮਾਨ ਰੱਖ ਦੇ, ਆਪਣੀ ਹਥੇਲੀ ਤੇ ਮਾਨ ਰੱਖ ਦੇ, ਚਿੜੀਆਂ ਦੇ ਸਤਪਾਦ ਚੜਾਣੀ ਤੇਰੇ ਸ਼ੇਰ ਕੀ ਚਾਲ, ਜਦ ਕੀਤਾ ਪੰਜਾਬੀਆਂ ਨੇ ਕੀਤਾ ਇਹਦਾ ਨਾਲ my father's huge rush. Thank you very much. Thanks a lot. Applause for yourself. In the morning I was in tense at 11 o'clock. I was thinking the parents are very less in the, you know, in the pandal that that suddenly what happened that yes, we can see. And again, once again, thank you very much to be here. Thank you very much. The first of all, a very good afternoon and warm welcome to all of you present here on this wonderful day. The most prestigious personality of the institute, you know, our chairman sir Sardar Kulwant Singh ji, and most respectful, charming and caring our esteemed MD ma'am Mrs. Ranjit Kaur Sandhu ji.
our principal ma'am who's always quoted to us, Miss Sonia Sharma ji, the principal from Hemkund International School, Koti Sikha. Principal ma'am Ramanjeet Kaur ji, she will join us later from Shri Hemkund Senior Secondary School, CBSC branch. All the dignitaries sitting over there, I can't, you know, take the name in one go, I'm sorry. All the dignitaries, special guests sitting here in the first row. All the reporter brothers, friends, my charming students, hard-working staff members, and of course, a beautiful audience and proud parents. A huge round of applause for all of you. Huge round of applause for all of you. Huge round of applause.
ਬਨਾਵਟ ਸਮਾਰੋਹ ਦੇ ਸ਼ਾਮਲ ਸਾਡੇ ਇਲਾਕੇ ਦੇ ਬਹੁਤ ਬਾਅਦ ਪੰਜ ਸਰਪੰਚ ਵਿਦਿਆਰਥੀਆਂ ਦੇ ਮਾਤਾ ਪਿਤਾ ਜੀ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰੇਕ ਸਾਲ ਇਸ ਫੰਕਸ਼ਨ ਦੀ ਉਡੀਕ ਕੀਤੀ ਜਾਂਦੀ ਹੈ ਕਿ ਕਦੋਂ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਅਸੀਂ ਸਟੇਜ 'ਤੇ ਨੱਚਦੇ ਟੱਪਦੇ ਦੇਖੀਏ। ਜੋ ਬੱਚੇ ਪਰਫੋਰਮੈਂਸ ਕਰ ਰਹੇ ਨੇ ਉਹ ਇੱਕ ਦਿਨ ਦੀ ਮਿਹਨਤ ਨਹੀਂ ਜਾਂ ਦੋ ਦਿਨ ਦੀ ਗੱਲ ਨਹੀਂ ਹੈ, ਉਹ ਲਗਾਤਾਰ ਸਾਡੇ ਅਧਿਆਪਕ ਪ੍ਰਿੰਸੀਪਲ ਸਰ ਰਮਨਦੀਪ ਦੀ ਅਗਵਾਈ ਹੇਠ ਤਿਆਰੀ ਕਰਦੇ ਰਹਿੰਦੇ ਨੇ, ਤਾਂ ਹੀ ਉਹ ਇੱਥੇ ਆ ਕੇ ਪਰਫੋਰਮੈਂਸ ਕਰਦੇ ਨੇ। ਇਸੇ ਸਟੇਜ ਤੋਂ ਸਾਰੇ ਕਲਾਕਾਰ ਨਿਕਲਦੇ ਨੇ, ਚਾਹੇ ਉਹ ਗੁਰਦਾਸ ਮਾਨ ਹੋਵੇ ਚਾਹੇ ਨਿੱਕੂ ਹੋਵੇ, ਇਸ ਕਲਾਕਾਰ ਤੋਂ ਇਸ ਸਟੇਜ ਤੋਂ ਹੀ ਨਿਕਲ ਕੇ ਉਹ ਜਾਂਦੇ ਨੇ। ਇਹਨਾਂ ਦੀ ਹੌਸਲਾ ਅਫਜਾਈ ਵਾਸਤੇ ਬੇਨਤੀ ਕਰਾਂਗੇ ਕਿ ਤਾੜੀਆਂ ਜ਼ਰੂਰ ਲਾਇਆ ਕਰੋ, ਇੱਕ ਵਾਰ ਜ਼ੋਰ ਨਾਲ ਤਾੜੀਆਂ ਜ਼ਰੂਰ ਲਾਓ, ਪਰ ਲੱਗਦੀਆਂ ਨਹੀਂ ਗੀਆਂ, ਗੂੰਜ ਉੱਠੇ ਆਸਮਾਨ ਸਾਡਾ ਤਾੜੀਆਂ ਦੇ ਨਾਲ। ਰਾਮਦੇਵ ਜੀ ਤਾੜੀਆਂ ਪਰਾਉਂਦੇ ਨੇ ਤਾਂ ਅਸੀਂ ਲਾਉਂਦੇ ਹਾਂ, ਵੀ ਇੱਕ ਯੋਗਾ ਹੋ ਜਾਂਦਾ। ਅੱਜ ਸਾਡੇ ਵਿਦਿਆਰਥੀ ਬੜੀ ਉੱਚੀ ਮੰਜ਼ਿਲਾਂ 'ਤੇ ਪਹੁੰਚ ਚੁੱਕੇ ਨੇ, ਚਾਹੇ ਉਹ ਕਿਸੇ ਵੀ ਸਕੂਲ ਦਾ ਵਿਦਿਆਰਥੀ ਹੋਵੇ, ਸੋਫਟਵੇਅਰ ਬਣਾਏ ਅਲੱਗ ਅਲੱਗ, ਕੰਪਿਊਟਰ ਲਾਏ, ਅਸੀਂ ਦੁਨੀਆ ਨੂੰ ਇੱਕ ਮੁੱਠੀ ਵਿੱਚ ਕਰ ਲਿਆ, ਪਰ ਕਦੇ ਸਾਡੇ ਵਿਦਿਆਰਥੀਆਂ ਨੇ, ਅੱਜ ਦਾ ਜੋ ਵਿਦਿਆਰਥੀ ਹੈ ਉਹਨੇ ਕਦੀ ਸੀਡੀ ਪਲੇਅਰ ਨਹੀਂ ਦੇਖਿਆ ਹੋਣਾ। ਪਹਿਲਾਂ ਅਸੀਂ VCR ਲੈ ਕੇ ਆਇਆ ਕਰਦੇ ਸੀ, ਉਹ ਨਹੀਂ ਦੇਖਿਆ ਹੋਣਾ। ਦੁਨੀਆ ਸਾਡੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਬਹੁਤ ਸਾਰੇ ਸੋਫਟਵੇਅਰ ਬਣੇ, ਗੂਗਲ ਬਣਿਆ, ਪਰ ਅੱਜ ਬੜੀ ਤੇਜ਼ੀ ਦੇ ਨਾਲ ਇੱਕ ਬਦਲਾਵ ਹੋਰ ਆ ਰਿਹਾ, ਆਰਟੀਫਿਸ਼ੀਅਲ ਇੰਟੈਲੀਜੈਂਸੀ, ਸ਼ਾਇਦ ਹੀ ਸੁਣਿਆ ਹੋਵੇ ਕਿਸੇ ਨੇ, ਉਸ ਨੂੰ ਇਹ ਸਾਰਾ ਕੁਝ ਹੀ ਨਿਕਲ ਜਾਏਗਾ। ਆਰਟੀਫਿਸ਼ੀਅਲ ਇੰਟੈਲੀਜੈਂਸੀ AI, ਉਸ ਨੂੰ ਉਹ ਸਾਰੇ ਗੂਗਲ ਨੂੰ ਸੋਫਟਵੇਅਰ ਨੂੰ ਸਾਰੇ ਨੂੰ ਆਪਣੇ ਵਿੱਚ ਨਿਕਲ ਲਏਗਾ, ਅਤੇ ਫਿਰ ਸਾਡੀ ਭਵਿੱਖ ਦੀ ਦੁਨੀਆ ਕਿਹੋ ਜਿਹੀ ਹੋਏਗੀ, ਉਸ ਦੇ ਬਾਰੇ ਵਿੱਚ ਅੱਜ ਮੈਂ ਤੁਹਾਡੇ ਨਾਲ ਦੋ ਚਾਰ ਸ਼ਬਦ ਸਾਂਝੇ ਕਰਨੇ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ ਕੀ? ਮਨਸੂਈ ਸੋਚ ਸਮਝ, ਉਸ ਦੇ ਵਿੱਚ ਹਜ਼ਾਰਾਂ ਦਿਮਾਗ ਬੈਠੇ ਹੋਣਗੇ, ਤੁਸੀਂ ਆਪਣੀ ਸਕਰੀਨ ਖੋਲੋਗੇ ਕਿ ਤੁਹਾਡੇ ਸਾਹਮਣੇ ਹਜ਼ਾਰਾਂ ਦਿਮਾਗ ਆ ਜਾਣਗੇ, ਹਜ਼ਾਰਾਂ ਦਿਮਾਗਾਂ ਦੀ ਸੋਚ ਆ ਜਾਏਗੀ, ਤੁਹਾਨੂੰ ਕਿਤੇ ਵੀ ਜਾਣਾ ਨਹੀਂ ਪਏਗਾ। ਸਾਡੀ ਬੇਰੁਜ਼ਗਾਰੀ ਕਰ ਦਿੱਤੀ ਸਾਡੀ ਕੰਪਿਊਟਰ ਨੇ, ਪਰ ਜਦੋਂ ਸਾਡੀ ਇੰਟੈਲੀਜੈਂਸੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਆ ਗਈ ਤਾਂ ਸਾਡਾ ਹੋਰ ਬੇਰੁਜ਼ਗਾਰ ਸਾਡਾ ਨੌਜਵਾਨ ਹੋ ਜਾਏਗਾ। ਜਾਗੇ।
ਅੱਜ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਐਨੂਅਲ ਫੰਕਸ਼ਨ ਔਰ ਇਨਾਮ ਵੰਡ ਸਮਾਰੋਹ 'ਤੇ ਸਾਰੇ ਇੱਥੇ ਪਹੁੰਚੇ ਹੋਏ ਬਹੁਤ ਹੀ ਸਤਿਕਾਰਤ ਪੇਰੈਂਟਸ, ਡੀਅਰੈਸਟ ਸਟੂਡੈਂਟਸ, ਮਹਾਨ ਸ਼ਖਸੀਅਤਾਂ ਜਿਹੜੀਆਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਉਂਦੀਆਂ ਨੇ, ਤੁਹਾਡਾ ਸਭਨਾ ਦਾ ਇੱਥੇ ਪਹੁੰਚਣ 'ਤੇ ਸ਼੍ਰੀ ਹੇਮਕੁੰਟ ਮੈਨੇਜਮੈਂਟ ਵੱਲੋਂ, ਚੇਅਰਮੈਨ ਸਰਦਾਰ ਕੁਲਵੰਤ ਸਿੰਘ ਵੱਲੋਂ, ਮੈਂ ਮਿਸਿਜ਼ ਰਣਜੀਤ ਕੌਰ ਸੰਧੂ, ਪ੍ਰਿੰਸੀਪਲ ਸਰਦਾਰ ਅਮਰਦੀਪ ਸਿੰਘ ਜੀ, ਕੋਆਰਡੀਨੇਟਰ ਮੈਮ ਰਾਜੀ ਅਮਰ, ਪ੍ਰਿੰਸੀਪਲ ਮਿਸਿਸ ਸੋਨੀਆ ਸ਼ਰਮਾ ਸ਼੍ਰੀ ਹੇਮਕੁੰਟ ਇੰਟਰਨੈਸ਼ਨਲ ਸਕੂਲ, ਐਂਡ ਮੈਮ ਰਮਨਜੀਤ ਕੌਰ ਪ੍ਰਿੰਸੀਪਲ ਆਫ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟੀ ਸਿਖਾਂ, ਜਿਨ੍ਹਾਂ ਦਾ ਅਜੇ ਇੰਤਜ਼ਾਰ ਹੈ, ਉਹ 2 ਵਜੇ ਦੇ ਬਾਅਦ ਆਉਣਗੇ ਐਗਜ਼ਾਮ ਸੀ ਬੱਚਿਆਂ। ਤੁਹਾਡਾ ਇੱਥੇ ਪਹੁੰਚਣ 'ਤੇ ਬਹੁਤ ਹੀ ਨਿੱਘਾ ਸਵਾਗਤ ਹੈ। ਤੁਸੀਂ ਅੱਜ ਸਿਰਫ ਆਪਣਾ ਟਾਈਮ ਹੀ ਨਹੀਂ ਦਿੱਤਾ, ਹਰ ਵਾਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਨਹੀਂ, ਅੱਜ ਮੈਂ ਇਸ ਨੂੰ ਇਹ ਕਹਾਂਗੀ ਕਿ ਤੁਸੀਂ ਆਪਣੀ ਜੀਵਨ ਦੇ ਵਿੱਚੋਂ ਜਿੰਨੇ ਘੰਟੇ ਅੱਜ ਦਿੱਤੇ ਉਹਨਾਂ ਦੇ ਵਾਸਤੇ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹਾਂ। ਕਿ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਇਹ ਸਭ ਤੋਂ ਅਤਿ ਉੱਤਮ ਹੈ। ਸਕੂਲ ਦੇ ਜਿੰਨੇ ਵੀ ਨੰਨੇ ਮੁੰਨੇ ਬੱਚੇ, ਬੱਚਿਆਂ ਦੇ ਮਾਤਾ ਪਿਤਾ ਔਰ ਇਲਾਕੇ 'ਚੋਂ ਜਿੰਨੀਆਂ ਵਿਸ਼ੇਸ਼ਤਾ ਆਈਆਂ ਨੇ ਔਰ ਤਿੰਨਾਂ ਹੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਔਰ ਸਾਰੇ ਹੀ ਸਕੂਲਾਂ ਦੇ ਜਿੰਨੇ ਵੀ ਅਧਿਆਪਕ ਨੇ ਔਰ ਸਾਡੇ ਸਤਿਕਾਰਯੋਗ ਸ਼੍ਰੀ ਹੇਮਕੁੰਟ ਸਾਹਿਬ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ, ਉਹਨਾਂ ਦੇ ਸਾਰਿਆਂ ਨੂੰ ਜੀਓ ਆਇਆਂ ਔਰ ਧੰਨਵਾਦ ਕਰਦਾ ਹਾਂ ਕਿ ਆਓ ਪਹਿਲਾਂ ਪਰਿਵਾਰ ਮਿਲ ਕੇ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਫਤਿਹ ਦੀ ਆਗਾਜ਼ ਦਿੱਤੀ ਹੈ, ਗੱਜ ਵੱਜ ਕੇ ਸਾਰੀਆਂ ਸੰਗਤਾਂ ਨੇ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਐਨੂਅਲ ਫੰਕਸ਼ਨ ਜੋ ਹੁੰਦਾ ਹੈ ਹਰ ਸਾਲ, ਅਤੇ ਬੜੇ ਸਤਿਕਾਰ ਦੇ ਨਾਲ ਹੀ ਬੱਚੇ ਆਪਣੇ ਮੰਚ ਦੇ ਵਿੱਚੋਂ ਅਲੱਗ ਅਲੱਗ ਕਲਾ ਦਿਖਾਉਂਦੇ ਨੇ ਔਰ ਜਿਹੜੇ ਬੱਚੇ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਆਲੇ ਦਰਜੇ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ, ਵੱਡੀਆਂ ਵੱਡੀਆਂ ਮੱਲਾਂ ਮਾਰਦੇ ਨੇ, ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਜਾਂਦਾ ਹੈ, ਨਾਲ ਪੇਰੈਂਟਸ ਦਾ ਵੀ। ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ। ਇਹ ਜੋ ਆਪਣੇ ਇਲਾਕੇ ਦੇ ਵਿੱਚ ਅਸੀਂ ਤਕਰੀਬਨ ਪਹਿਲਾਂ ਸਾਰਿਆਂ ਨੇ ਸਰਕਾਰੀ ਸਕੂਲਾਂ ਦੇ ਵਿੱਚੋਂ ਐਜੂਕੇਸ਼ਨ ਹਾਸਲ ਕਰਕੇ ਅਤੇ ਕਾਫੀ ਜਾਣੀ ਕਿ ਇਲਾਕੇ ਦੇ ਵਿੱਚ
ਹਰ ਇੱਕ ਜਿਹਨੂੰ ਡਿਊਟੀ ਮਿਲੀ ਹੈ ਉਹਨੇ ਕਾਰੋਬਾਰ ਆਪਣੇ ਕੀਤੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ। ਪਰ ਇਸ ਇਲਾਕੇ ਦੇ ਵਿੱਚ ਸਰਦਾਰ ਕੁਲਵੰਤ ਸਿੰਘ ਨੇ ਜੋ ਕਿ ਆਪਾਂ ਨੂੰ ਇਹ ਇਕੱਲਾ ਐਜੂਕੇਸ਼ਨ ਦਾ ਸਿਧਾਂਤ ਨਹੀਂ ਕਿ ਉਹਨਾਂ ਨੇ ਨਾਲ ਨਾਲ ਸੇਵਾਵਾਂ ਦੇ ਵਿੱਚ ਵੀ ਜੋ ਸਾਡੇ ਗੁਰੂ ਸਾਹਿਬਾਨਾਂ ਦਾ ਆਗਾਜ਼ ਹੈ ਕਿ ਭਾਈ ਆਪਣੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਜਿਹੜਾ ਸਰੀਰ ਹੈ ਇਹ ਕਿਸੇ ਦੇ ਕਿਸੇ ਕੰਮ ਆਵੇ ਅਤੇ ਸਰੀਰ ਨੂੰ ਇਸ ਤਰੀਕੇ ਦੇ ਨਾਲ ਜੀਆ ਜਾਵੇ ਕਿ ਇੱਕ ਹੁਨਰ ਬਣ ਕੇ ਰਹਿ ਜਾਵੇ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਬੱਚਿਆਂ ਨੂੰ ਪੜ੍ਹਾਉਣਾ ਨਾਲ ਨਾਲ ਐਡੀਆਂ ਵੱਡੀਆਂ ਸੇਵਾਵਾਂ ਕਰਨੀਆਂ ਇਹ ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ ਦੇ ਜਾਣੀ ਕਿ ਉਹਨਾਂ ਨੂੰ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੌਂਪਿਆ ਹੈ। ਅਤੇ ਮੈਂ ਇੱਕ ਗੱਲ ਕਰਦਾ ਕਿ ਭਾਈ ਅੱਜ ਜਿਵੇਂ ਕੁਲਵੰਤ ਸਿੰਘ ਨੇ ਕਿਹਾ ਕਿ ਆਪਣਾ ਜਿਹੜਾ ਸਾਰਾ ਵੀ ਕਰਮ ਹੈ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ। ਜਿਵੇਂ ਜਿਵੇਂ ਸਾਇੰਸ ਆ ਰਹੀ ਹੈ, ਜਿਵੇਂ ਜਿਵੇਂ ਪੜ੍ਹਾਈ ਦਾ ਮਨਾਰ ਉੱਚਾ ਆ ਰਿਹਾ ਅਤੇ ਬੰਦਾ ਦਿਨੋ ਦਿਨ ਵਿਹਲਾ ਹੁੰਦਾ ਜਾ ਰਿਹਾ ਕਿਉਂਕਿ ਸਾਰਾ ਕੁਛ ਪੜ੍ਹਾਈ ਵੀ ਇੱਕ ਦਿਨ ਮੇਰਾ ਖਿਆਲ ਵੀ ਮੋਬਾਈਲ 'ਤੇ ਹੋ ਜਾਇਆ ਕਰਨੀ ਹੈ। ਟੀਚਰਾਂ ਦੀ ਵੇਖੋ ਕਿੰਨੀ ਮਿਹਨਤ ਆ, ਟੀਚਰ ਕਿੰਨੇ ਤਰੀਕੇ ਦੇ ਨਾਲ ਬੱਚਿਆਂ ਨੂੰ ਤਿਆਰ ਕਰਦੇ ਨੇ ਅਤੇ ਬੱਚੇ ਫਿਰ ਆਪਣੇ ਜੋ ਟੀਚਰਾਂ ਦੀ ਗਾਈਡੈਂਸ ਹੁੰਦੀ ਉਹਦੇ ਨਾਲ ਪੜ੍ਹਾਈਆਂ ਕਰਦੇ ਨੇ ਅਤੇ ਬੜੀਆਂ ਉੱਚੀ ਉੱਚੀਆਂ ਮੱਲਾਂ ਮਾਰਦੇ ਨੇ। ਚਲੀ ਜਾਂਦੀ ਹੈ ਜਿਹਨੂੰ ਇਹ ਅੰਦਰੋਂ ਪਹਿਚਾਣਦੀ ਹੈ। ਬਹੁਤ ਪਿਆਰ ਹੈ ਇਹਦਾ ਸਾਰੇ ਸਟਾਫ ਦੇ ਨਾਲ, ਗੇਟ ਕੀਪਰਸ ਦੇ ਨਾਲ, ਡਰਾਈਵਰਸ ਦੇ ਨਾਲ। ਇਹ ਕਦੇ ਵੀ ਓਪਰਾ ਮਹਿਸੂਸ ਨਹੀਂ ਕਰਦੀ, ਇਹ ਖੁਦ ਲੱਭ ਲੈਂਦੀ ਹੈ ਕਿ ਇਹ ਇੱਥੇ ਜਾਣਾ ਬਹੁਤ ਜ਼ਰੂਰੀ ਹੈ, ਜਿੱਥੇ ਨਹੀਂ ਜਾਣਾ ਉੱਥੇ ਇਹ ਹਮੇਸ਼ਾ ਬੋਲਦੀ ਹੈ ਨੋ ਨਹੀਂ। ਤਾਂ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡਾ ਸਵਾਗਤ ਕਰਿਆ ਕਰੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ ਬੋਲੋ ਬੇਟਾ, ਬੋਲੋ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ। ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
I'm not afraid.
अंबर तले जग रहे हम तेरे आंचल तले रहते हैं, अंबर तले जग रहे हम तेरे आंचल तले रहते हैं। दुनिया में हम ही अकेले हैं जो माटी को माँ कहते हैं, माटी को माँ कहते हैं। मोबाइल फोन यूं ही हट्टा कट्टा नहीं हुआ,
जिसने बहुत कुछ खाया पिया है, ये रिश्ते खा रहा है, 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 रिश्ते खा रहा है। ਭਰ ਭਰ ਖੜਕਾਉਣ ਨੂੰ ਜੀ ਕਰਿਆ
ਉਹ ਸੀ ਕਿਵੇਂ ਆ ਭੰਗੜੇ ਤੇ ਰਾਜ ਕਰਦੇ। ਅੱਜ ਫੇਰ ਵਿਖਾਉਣ ਨੂੰ ਜੀ ਕਰਿਆ, ਦਿਲਾਂ ਵਿੱਚ ਇਹੋ ਜਿਹੇ ਜਜ਼ਬੇ ਤੇ ਬੁੱਲੀਆਂ ਤੇ ਮਿੱਠੀ ਮਿੱਠੀ ਮੁਸਕਾਨ ਲੈ ਕੇ ਹਾਜ਼ਰ ਹੈ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ। ਭੰਗੜਾ
ਨਹੀਂ ਜਦੋਂ ਆਈ ਨਾ ਮੈਂ ਨਵੀਂ ਨਵੀਂ ਵਿਆਹੀ ਕਦੇ ਮੈਨੂੰ ਆਖੇ ਵੀ ਕਦੇ ਮੈਨੂੰ ਆਖੇ ਟੇਰੀ ਜਈ ਕਦੇ ਆਖੇ ਦਾਲ ਚ ਲੂਣ ਘਟਿਆ ਤੇ ਕਦੇ ਆਖੇ ਦਾਲ ਚ ਪਾਣੀ ਵਾਧਿਆ ਪੰਜਾਬੀ ਸੱਭਿਆਚਾਰ ਕੀ ਝਲਕ ਰਹੀ ਥੀ ਔਰ ਜੈਸੇ ਆਪ ਲੋਗੋਂ ਨੇ ਬਹੁਤ ਦਿਨੋਂ ਸੇ ਸੇਵਾ ਕਰ ਰਹੇ ਥੇ ਆਪ ਲੋਗ ਤਿਆਰੀ ਕਰ ਰਹੇ ਥੇ ਔਰ ਉਸਕਾ ਆਸ ਹਮਨੇ ਦੇਖਾ ਕਿ ਬਹੁਤ ਹੀ ਪਿਆਰੇ ਢੰਗ ਸੇ ਬੱਚੋਂ ਨੇ ਜੋ ਹੈ ਪਰਫਾਰਮੈਂਸਿਸ ਦੀ ਕਿਆ ਕਹਿਣਾ ਚਾਹੇ ਬਹੁਤ ਬਹੁਤ ਸ਼ੁਕਰੀਆ ਕਿ ਹਮੇ ਬੋਲਨੇ ਕਾ ਮੌਕਾ ਦਿਆ ਸ਼੍ਰੀ ਹੇਮਕੁੰਟ ਸਾਹਿਬ ਜੀ ਸੈਕੰਡਰੀ ਸਕੂਲ ਫਤਿਹਗੜ੍ਹ ਪੰਚਕੂਲ ਡਿਸਟ੍ਰਿਕਟ ਮੋਗਾ ਇਹ 2005 ਮੇਂ ਸਟੈਬਲਿਸ਼ ਹੁਆ ਥਾ ਤਬ ਸੇ ਹੀ ਆਜ ਤੱਕ ਬਹੁਤ ਅੱਛੀ ਐਜੂਕੇਸ਼ਨ ਔਰ ਸਾਥ ਕੇ ਸਾਥ ਮੋਰਲ ਵੈਲਿਊਜ਼ ਔਰ ਬੱਚੋਂ ਕੀ ਪਾਰਟੀਸਪੇਸ਼ਨ ਜੋ ਹੈ ਐਕਸਟਰਾ ਕੋਕਰ ਐਕਟੀਵਿਟੀਜ਼ ਮੇਂ ਵੋ ਐਂਥੂਸੀਆਜ਼ਮ ਸੇ ਪਾਰਟੀਸਪੇਟ ਕਰਵਾਤਾ ਹੈ ਐਂਡ ਸਟਾਫ ਯਹਾਂ ਪੇ ਹਮਾਰੇ ਪਾਸ ਜੋ ਹੈ ਵੋ ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ ਹੈ ਬੱਚੇ ਮੇਂ ਜੋ ਟੈਲੈਂਟ ਹੈ ਵੋ ਵੀ ਬਹੁਤ ਜ਼ਿਆਦਾ ਹੈ ਉਸੀ ਕਾ ਨਤੀਜਾ ਹੈ ਕਿ ਸਪੋਜ਼ ਕਿ ਆਪ ਅੱਜ ਜੋ ਰੌਣਕ ਦੇਖੀ ਹੈ ਆਪਣੇ ਜੋ ਮਿਹਨਤ ਦੇਖੀ ਹੈ ਸੋ ਅੱਜ ਨਿਖਰ ਕੇ ਆਈ ਹੈ ਸੋ ਇਸਕਾ ਸਾਰਾ ਕ੍ਰੈਡਿਟ ਜੋ ਹੈ ਸਪੋਜ਼ ਹਮਾਰੇ ਜੋ ਚੇਅਰਮੈਨ ਸਰ ਹੈ ਐਮ ਡੀ ਮੈਮ ਹੈ ਪੀਟਰ ਸਿੰਘ ਹੈ ਸਟਾਫ ਹੈ ਔਰ ਪੇਰੈਂਟਸ ਕੋ ਔਰ ਬੱਚੋਂ ਕੋ ਡੈਫੀਨਿਟਲੀ ਜਾਤਾ ਹੈ ਥੈਂਕ ਯੂ ਕਿਆ ਕਹਿਣਾ ਚਾਹਾਂਗੇ ਕਿ ਨਯਾ ਸੈਸ਼ਨ ਸ਼ੁਰੂ ਹੋਇਆ ਹੈ ਬੱਚੋਂ ਕੇ ਐਡਮਿਸ਼ਨ ਚਾਲੂ ਹੈ ਔਰ ਕੋਈ ਵੀ ਜਿਸ ਜਿਨ੍ਹਾਂ ਨੇ ਔਰ ਸਕੂਲੋਂ ਸੇ ਵੀ ਯਹਾਂ ਬੱਚੇ ਭੇਜਣੇ ਹੈ ਆਪਕੇ ਯਹਾਂ ਪਰ ਕ੍ਰਾਈਟੇਰੀਆ ਹੈ ਆਪਕੇ ਯਹਾਂ ਪਰ ਪਹਿਲੇ ਜੋ ਹੈ ਇਗਜ਼ਾਮ ਲਿਆ ਜਾਤਾ ਹੈ ਉਸਕੇ ਬਾਅਦ ਬੱਚੇ ਕੋ ਯਹਾਂ ਪਰ ਰੱਖਿਆ ਜਾਤਾ ਕਿਆ ਕਹਿਣਾ ਚਾਹੀਏ ਯਹਾਂ ਪਰ ਇਗਜ਼ਾਮ ਜੋ ਡੈਫੀਨੇਟਲੀ ਬੱਚੋਂ ਕਾ ਲਿਆ ਜਾਤਾ ਹੈ ਪਰ ਇਗਜ਼ਾਮ ਲੈਣ ਕਾ ਜਾਂ ਟੈਸਟ ਲੈਣ ਕਾ ਮਕਸਦ ਇਹ ਨਹੀਂ ਹੈ ਕਿ ਬੱਚੋਂ ਕੋ ਹਮਨੇ ਘਰ ਵਾਪਸ ਦੇ ਕਿਸੀ ਕਾ ਪੇਸ਼ੈਂਟ ਕਾ ਟੈਸਟ ਲੇਤਾ ਹੈ ਤੋ ਉਸਕਾ ਇਲਾਜ ਕਰਨੇ ਕੇ ਲਈ ਟੈਸਟ ਲੇਤਾ ਹੈ ਨਾ ਕਿ ਉਸਕੋ ਦੂਸਰੇ ਡਾਕਟਰ ਕੇ ਪਾਸ ਭੇਜਤਾ ਹੈ ਐਸੇ ਹੀ ਹਮਾਰਾ ਅਸੂਲ ਹੈ ਕਿ ਜਬ ਬੱਚੇ ਹਮਾਰੇ ਪਾਸ ਐਡਮਿਸ਼ਨਸ ਕੇ ਲਈ ਆਤੇ ਹੈ ਉਨਕਾ ਟੈਸਟ ਡੈਫੀਨੇਟ ਹੋਤਾ ਹੈ ਬਟ ਉਨਕੀ ਕਮੀਓ ਕੋ ਦੂਰ ਕਰਨੇ ਕੇ ਲਈ ਤੋ ਇਹ ਹਮਾਰਾ ਜੋ ਹੈ ਨੌਮ ਹੈ ਸਕੂਲ ਕਾ ਸਰ ਇਹ ਜੋ ਸਕੂਲ ਜੋ ਡਾਇਰੈਕਟਰਸ ਨੇ ਉਨਕੇ ਮਾਈਂਡ ਮੇਂ ਯਹੀ ਥਾ ਕਿ ਹਮਨੇ ਵਿਦਿਆ ਕਾ ਦਾਨ ਦੇਣਾ ਹੈ ਔਰ ਇਤਨੇ ਸਾਲੋਂ ਸੇ ਯੇ ਦੋਨੋਂ ਲੋਕ ਜੋ ਸੇਵਾ ਕਰ ਰਹੇ ਹੈ ਔਰ ਜੋ ਸਕੂਲ ਕਾ ਹੈ ਵੋ ਸਕੂਲ ਪਰ ਹੀ ਲਗਾ ਰਹੇ ਹੈ ਕਰੋਨਾ ਕਾ ਐਪੀਡੈਮਿਕ ਆਇਆ ਤਬ ਵੀ ਇਹਨਾਂ ਨੇ ਦਿਲ ਖੋਲ ਕਰ ਟੀਚਰਸ ਕੋ ਬਿਲਕੁਲ ਨਿਰਾਸ਼ ਨਹੀਂ ਹੋਣੇ ਦਿਆ ਔਰ ਉਨਕੀ ਸੇਵਾ ਕੀ ਹਮ ਦੇਖ ਰਹੇ ਥੇ ਕਿ ਸਕੂਲਸ ਮੇਂ ਧਰਨੇ ਲਗ ਰਹੇ ਥੇ ਔਰ ਯਹਾਂ ਐਮ ਡੀ ਸਾਹਿਬ ਬੋਲ ਰਹੇ ਥੇ ਕਿ ਬਤਾਓ ਕਹਾਂ ਪਰ ਲੰਗਰ ਚਾਹੀਏ ਹਮ ਲੋਕ ਲੰਗਰ ਭੇਜਤੇ ਹੈ ਕਿਸੀ ਕੇ ਘਰ ਕਿਸੀ ਕੋ ਪ੍ਰੋਬਲਮ ਹੈ ਤੋ ਕਿਆ ਕਹਿਣਾ ਚਾਹਾਂਗੇ ਕਿ ਇਨਕਾ ਮਾਈਂਡ ਹੀ ਐਸਾ ਹੈ ਕਿ ਹਮਨੇ ਸੇਵਾ ਕਰਨੀ ਔਰ ਸੇਵਾ ਕਰੇ ਬਿਲਕੁਲ ਬਿਲਕੁਲ ਸਰ ਮਾਈਂਡ ਐਸਾ ਹੈ ਥਾਟ ਐਸੇ ਹੈ ਮੈਨੇਜਮੈਂਟਸ ਕਾ ਫਰਕ ਹੋਤਾ ਹੈ ਬਹੁਤ ਸੇ ਮੈਨੇਜਮੈਂਟਸ ਹੈ ਵੋ ਬਿਜ਼ਨਸ ਬੈਕਗ੍ਰਾਉਂਡ ਸੇ ਹੋਤੇ ਹੈ ਹਮਾਰੇ ਜੋ ਮੈਨੇਜਮੈਂਟ ਹੈ ਐਮ ਡੀ ਮੈਮ ਹੈ ਔਰ ਚੇਅਰਮੈਨ ਸਰ ਰਹੇ ਵੇ ਐਜੂਕੇਸ਼ਨ ਬੈਕਗ੍ਰਾਉਂਡ ਸੇ ਇਹ ਬਹੁਤ ਅੱਛੀ ਅਸੀਂ ਜਾਣਦੇ ਕਿ ਸਕੂਲ ਕੋ ਰਨ ਕੈਸੇ ਕਰਨਾ ਹੈ ਕਿਆ ਚੀਜ਼ੋਂ ਕੀ ਜ਼ਰੂਰਤ ਹੈ ਸਟਾਫ ਕੋ ਕੈਸੇ ਡੀਲ ਕਰਨਾ ਹੈ ਸਭ ਚੀਜ਼ੋਂ ਕੋ ਕੈਸੇ ਹੈਂਡਲ ਕਰਨਾ ਹੈ ਉਨਕੋ ਸਭ ਕੁਛ ਪਤਾ ਹੈ ਯਹੀ ਯਹੀ ਕਾਰਨ ਹੈ ਕਿ ਜਿਸ ਵਕਤ ਪੈਂਡਾਮਿਕ ਮੇਂ ਸਕੂਲਸ ਬੰਦ ਹੋ ਰਹੇ ਥੇ ਉਸ ਵਕਤ ਹਮਾਰੇ ਚੇਅਰਮੈਨ ਸਰ ਨੇ ਨਿਊ ਸਕੂਲ ਓਪਨ ਕੀਆ ਹੈ ਇਹ ਬਹੁਤ ਬੜੀ ਬਾਤ ਹੈ ਅਚੀਵਮੈਂਟ ਹੈ ਸਰ ਕੇ ਲਈ ਅਪਲੌਜ਼ ਫਾਰ ਸਰ ਸਰ 4:30 ਬਜ ਗਏ ਹੈ ਲੇਕਿਨ ਆਪਕੇ ਟੀਚਰਸ ਕੇ ਆਂਖੋਂ ਮੇਂ ਗਲੋ ਜੋ ਹੈ ਵੋ ਡਬਲ ਹੋਈ ਪੜੀ ਹੈ ਕਿਆ ਕਹਿਣਾ ਚਾਹਾਂਗੇ ਅਸੀਂ ਕਹਿਣ ਸੇ ਵਿਟਾਮਿਨ ਹੈ ਜੋ ਆਪ ਲੋਕ ਸਭੀ ਖਾਤੇ ਹੈ ਪਰ ਸਰ ਜੋ ਹੈ ਕਿਉਂਕਿ ਜਬ ਟਾਈਮ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਟੀਚਰ ਅਰੇ ਯਾਰ ਬਹੁਤ ਲੇਟ ਹੋ ਗਏ ਲੇਕਿਨ ਯਹਾਂ ਪਰ ਤੋ ਇੱਕ ਨਈ ਐਨਰਜੀ ਦੇਖਣੇ ਕੋ ਮਿਲ ਰਹੀ ਹੈ ਥੀਮ ਤਾਂ ਹਮਾਰੇ ਫੰਕਸ਼ਨ ਕਾ ਹੈ ਸਪਾਰਕਲ
तो जो स्पार्क है हमें वो अपने मैनेजमेंट से मिला है, चेयरमैन सर से, एमडी मैम से मिला है। यहाँ से हम जाके स्कूल ऑफ करते हैं, जब शाम को सर के पास बैठते हैं, मैम के पास बैठते हैं, तो बहुत चीज़ें हमें समझाते हैं कैसे आगे बढ़ना है, कैसे मोटिवेट करना है, अपने आप को मोटिवेट करना है, स्टाफ को मोटिवेट करना है, सब उन्हीं का आशीर्वाद है। और आज मैंने इनको स्टाफ को बोला था कि अगर आप चाहते हो कि मैं एक्टिव रहूँ, खुश रहूँ, तो आपके सबके चेहरे पे ग्लो होना चाहिए, तो शायद वो मेरे चेहरे पे भी थोड़ा सा आपको दिखेगा। हाँ हाँ, तो ये ब्लेसिंग्स हुए हैं, सब कुछ जो है आता मैम सर की तरफ से ही है। थैंक यू सर।